ਜੇ ਪਰਮਾਤਮਾ ਦਾ ਸਭ ਕੁਝ ਫਿਰ ਉਹਨੂੰ ਹੀ ਸੌਂਪੋ ਨਾ, ਤੁਸੀਂ ਤਾਂ ਪੈਸੇ ਨੂੰ ਵੀ ਜੱਫਾ ਪਾਈ ਫਿਰ ਰਹੇ ਹੋ, ਸਰੀਰ ਨੂੰ ਵੀ ਜੱਫਾ ਪਾਈ ਫਿਰ ਰਹੇ, ਸਰੀਰ ਤਾਂ ਕਿਰਾਏ ਦਾ, ਮਿੱਟੀ ਹੋ ਜਾਣਾ। ਬਿਲਕੁਲ ਬਿਲਕੁਲ, ਕਹਿੰਦੇ ਆ ਨਾ ਕਿ ਜ਼ਿੰਦਗੀ ਦੇਖਣੀ ਹੋਵੇ ਹਸਪੀਟਲ ਦੇ ਐਮਰਜੈਂਸੀ ਚੱਕਰ ਲਾਇਓ। ਅੱਜ ਲੋਕੀ ਤਰਸਦੇ ਪਏ ਨੇ, ਮੈਂ ਫੂਡ ਪਾਈਪ ਨੂੰ ਤਰਸ ਰਹੀ ਸੀ ਤੇ ਕੋਈ ਹੋਰ ਨਾ ਇਸ ਚੀਜ਼ ਨੂੰ ਤਰਸੇ। ਜੋ ਤੁਸੀਂ ਸੇਵਾ ਕਰ ਰਹੇ ਉਹ ਗੁਰਦੁਆਰੇ 'ਚ ਦਾਨ ਕਰਕੇ ਸੇਵਾ ਨਹੀਂ ਲੱਗਦੀ, ਜਿਹੜੀ ਤੁਸੀਂ ਸੇਵਾ ਕਰ ਰਹੇ ਉਹ ਬਹੁਤ ਉੱਤਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਡੋਨੇਸ਼ਨ ਆਈ ਹੈ। ਦੁਨੀਆ ਦੀ ਸਭ ਤੋਂ ਵੱਡੀ ਡੋਨੇਸ਼ਨ ਕੋਈ ਪੈਸਿਆਂ ਨਾਲ ਨਹੀਂ ਹੁੰਦੀ, ਪਰ ਉਹ ਚੀਜ਼ ਹੁੰਦੀ ਜਿਹੜੀ ਪੈਸਿਆਂ ਨਾਲ ਮੁੱਲ ਨਹੀਂ ਮਿਲ ਸਕਦੀ, ਉਹ ਹੁੰਦੇ ਨੇ ਆਰਗਨ ਡੋਨੇਟ। ਤੇ ਅੱਜ ਸਾਡੇ ਕੋਲ ਸ਼੍ਰੀਮਤੀ ਸੁਸ਼ੀਲਾ ਜੀ, ਸੁਸ਼ਮਾ ਜੀ। ਅੱਜ ਮੇਰੇ ਕੋਲ ਆਂਟੀ ਜੀ ਆਏ ਤੇ ਕਹਿੰਦੇ ਬੇਟਾ 5 ਮਿੰਟ ਚਾਹੀਦੇ ਨੇ। ਮੈਂ ਜਦੋਂ ਬੈਠਿਆ ਤਾਂ ਮੈਂ ਹੈਰਾਨ ਹੋ ਗਿਆ ਕਿ ਮੈਨੂੰ ਕਹਿੰਦੇ ਕਿ ਮੈਂ ਆਪਣੀ ਬਾਡੀ ਡੋਨੇਟ ਕਰਨਾ ਚਾਹੁੰਦੀ ਹਾਂ, ਕਿ ਜਦੋਂ ਪਰਮਾਤਮਾ ਦਾ ਹੁਕਮ ਆਇਆ ਜਦੋਂ ਮੈਂ ਜਾਣਾ। ਤਾਂ ਮੈਨੂੰ ਬੜਾ ਅੰਦਰੋਂ ਲੱਗਿਆ ਕਿ ਅੱਜ ਦੀ ਦੁਨੀਆ ਦੇ ਵਿੱਚ ਕਿੱਥੇ ਦੁਨੀਆ ਭੱਜ ਦੌੜ ਦੇ ਵਿੱਚ ਲੱਗੀ ਹੋਈ ਹੈ, ਉਹ ਐਂ ਸੋਚੀ ਬੈਠੀ ਹੈ ਕਿ ਜਿਵੇਂ ਜਾਏ ਤੋਂ ਜਾਣਾ ਨਹੀਂ ਜਾਂ ਸਭ ਕੁਝ ਨਾਲ ਲੈ ਕੇ ਜਾਣਾ। ਪਰ ਫਿਰ ਵੀ ਇਸ ਦੁਨੀਆ ਦੇ ਵਿੱਚ ਬੜਾ ਵੱਡਾ ਜਿਗਰਾ ਚਾਹੀਦਾ ਕਿ ਜਿਉਂਦੇ ਜੀ ਆਪਣੇ ਆਰਗਨ ਡੋਨੇਟ ਫਾਰਮ ਭਰਨਾ। ਔਰ ਅਸੀਂ ਗੱਲਬਾਤ ਕੀਤੀ ਮਾਤਾ ਜੀ ਨਾਲ, ਮਾਤਾ ਜੀ ਦੀ ਬੇਟੀ ਹੈ, ਬੇਟਾ, ਸਾਰੇ ਸਹਿਮਤ ਨੇ ਔਰ ਮਾਤਾ ਜੀ ਆਪਣੀ ਬਾਡੀ ਡੋਨੇਟ ਕਰਨਾ ਚਾਹੁੰਦੇ ਨੇ। ਤੇ ਮੈਨੂੰ ਵੀ ਬੜੀ ਚੀਜ਼ ਇਹ ਲੱਗੀ ਕਿ ਸਾਨੂੰ ਸਭ ਨੂੰ ਕਰਨਾ ਚਾਹੀਦਾ। ਸਾਡੇ ਇੱਕ ਦੋਸਤ ਨੇ, ਉਹਨਾਂ ਦੇ ਫਾਦਰ ਦਾ ਨਾ ਆਂਟੀ ਲਿਵਰ ਟ੍ਰਾਂਸਪਲਾਂਟ ਹੋਇਆ, ਉਹਨਾਂ ਦੇ ਬ੍ਰਦਰ ਦਾ, ਤੇ ਲਿਵਰ ਟ੍ਰਾਂਸਪਲਾਂਟ ਸਾਊਥ ਦੇ ਵਿੱਚ। ਪੰਜਾਬ ਦੇ ਵਿੱਚ ਕੋਈ ਲੋਕਾਂ ਨੂੰ ਇੰਨੀ ਅਵੇਅਰਨੈਸ ਹੈ ਨਹੀਂ ਆਰਗਨ ਡੋਨੇਸ਼ਨ ਦੀ ਕਿ ਉਹ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਰਨ ਤੋਂ ਬਾਅਦ ਉਹ ਜਾਂਦੇ ਜਾਂਦੇ 10 ਲੋਕਾਂ ਦੀ ਜਾਨ ਬਚਾ ਸਕਦੇ। ਬਿਲਕੁਲ ਬਿਲਕੁਲ। ਹਾਂ, ਤੁਸੀਂ ਕਿੱਥੋਂ ਆਂਟੀ ਜੀ ਸੋਚੀ, ਤੁਸੀਂ ਕਦੋਂ ਧਾਰਿਆ ਕਿ ਕਰਨਾ ਹੀ ਕਰਨਾ? ਮੈਂ ਤੁਹਾਨੂੰ ਦੱਸਿਆ ਮੇਰੇ ਹਸਬੰਡ ਨੂੰ ਕੈਂਸਰ ਹੋ ਗਿਆ ਸੀਗਾ। ਅੱਛਾ ਜੀ। ਤੇ ਉਹ ਕਾਫੀ ਮੈਨੂੰ ਜਦੋਂ ਮੈਂ ਦਿਆਨੰਦ ਦੇ ਵਿੱਚ ਉਹਨਾਂ ਦਾ ਇਲਾਜ, ਪਹਿਲਾਂ ਉਹਦੇ ਫੂਡ ਪਾਈਪ ਖਰਾਬ ਹੋ ਗਈ। ਜੀ ਜੀ, ਫੂਡ ਪਾਈਪ ਕੈਂਸਰ। ਫਾਈਵ ਚੇਂਜ ਕਰਵਾਉਂ। ਨਵੀਂ ਪਾਊ। ਮੈਂ ਸਟੰਟ ਪਵਾਏ, 3 ਸਟੰਟ ਪਵਾਏ, ਦਿਆਨੰਦ ਚ ਪਵਾਏ, ਰਾਜਗੁਰੂ ਨਗਰ ਪਵਾਏ। ਜਦੋਂ ਮੈਂ ਦਿਆਨੰਦ ਗਈ ਤੇ ਜਦੋਂ ਮੈਂ ਉੱਥੇ ਦੇਖਿਆ ਵੀ ਕੈਂਸਰ ਦੇ ਇੰਨੇ ਮਰੀਜ਼ ਭਰੇ ਹੋਏ ਆ ਕਿ ਅਸੀਂ ਕਿਹੜੀ ਦੁਨੀਆ 'ਚ ਜੀਵਾਂ। ਬਿਲਕੁਲ ਬਿਲਕੁਲ, ਕਹਿੰਦੇ ਆ ਨਾ ਕਿ ਜ਼ਿੰਦਗੀ ਦੇਖਣੀ ਹੋਵੇ ਹਸਪੀਟਲ ਦੇ ਐਮਰਜੈਂਸੀ ਚੱਕਰ ਲਾਇਓ। ਹਾਂ, ਡਾਕਟਰ ਅਮਿਤ ਮਾਨ ਉਸ ਉਦੋਂ ਡਾਕਟਰ ਹੈਡ ਹੁੰਦੇ ਸੀਗੇ ਕੈਂਸਰ ਦੇ। ਜੀ 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 ਜੀ। ਐਸਐਸ ਸਿੱਧੂ ਮੈਨੂੰ, ਉਹਨਾਂ ਨੇ ਐਸਐਸ ਸਿੱਧੂ ਨੇ ਮੈਨੂੰ ਟਾਈਮ ਦੇ ਦਿੱਤਾ ਕਿ ਵੀ ਤੁਹਾਡੇ ਹਸਬੰਡ ਦੀ ਸਿਰਫ 9 ਮੰਥ ਬਾਕੀ ਰਹਿ ਗਿਆ ਤੁਸੀਂ ਸੇਵਾ। ਉਸ ਦਿਨ ਤੋਂ ਮੈਂ ਅੱਜ ਦਿਨ ਤੱਕ ਨੱਠ ਭੱਜ ਕਰਦੀ ਪਈ ਹਾਂ ਕਿ ਮੈਂ ਬਿਮਾਰੀ ਮੈਨੂੰ ਇਸ ਟਾਈਮ ਕੋਈ ਨਹੀਂ ਹੈ, ਮੈਂ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਤੰਦਰੁਸਤ ਹਾਂ, ਸਭ ਮੇਰਾ ਬੋਡੀ ਪਾਰਟ ਸੈੱਟ ਹੈ। ਮੈਂ ਉਸ ਦਿਨ ਤੋਂ ਮਨ 'ਚ ਬਣਾਇਆ ਸੀਗਾ ਕਿ ਮੈਂ ਆਪਣੀ ਬੋਡੀ ਡੋਨੇਟ ਕਰੂੰਗੀ, ਕਿਉਂਕਿ ਮੇਰੇ ਅੱਜ ਲੋਕ ਤਰਸਦੇ ਪਏ ਨੇ, ਮੈਂ ਫੂਡ ਪਾਈਪ ਨੂੰ ਤਰਸ ਰਹੀ ਸੀ ਅਤੇ ਕੋਈ ਹੋਰ ਨਾ ਇਸ ਚੀਜ਼ ਨੂੰ ਤਰਸੇ। ਆਂਟੀ ਤੁਸੀਂ ਸਾਡੇ ਕੋਲ 1 ਘੰਟਾ ਬੈਠੇ ਹੋ, ਤੁਸੀਂ ਦੇਖ ਰਹੇ ਹੋ ਸਾਰਾ ਐਨਜੀਓ ਦਾ ਕੰਮ ਕਰਨ ਦਾ ਤਰੀਕਾ। ਬਹੁਤ ਵਧੀਆ ਬੇਟੇ, ਮੈਂ ਤੁਹਾਨੂੰ ਤੁਹਾਡੀਆਂ ਵੀਡੀਓ ਬਹੁਤ ਫਾਲੋ ਕਰਦੀ ਹਾਂ, ਬਹੁਤ ਫਾਲੋ ਕਰਦੀ ਹਾਂ, ਹਰ ਵਕਤ ਮੈਂ ਦੇਖਦੀ ਹਾਂ, ਹਰ ਵੀਡੀਓ ਲਾਈਕ ਵੀ ਕਰਦੀ ਹਾਂ, ਸ਼ੇਅਰ ਵੀ ਕਰਦੀ ਹਾਂ। ਬਹੁਤ ਛੋਟੀ ਮੇਰੀ ਸੋਚ ਹੈ, ਮੈਂ ਬਹੁਤ ਛੋਟੀ ਜਿਹੀ ਇਨਸਾਨ। ਅਰੇ ਨਹੀਂ ਨਹੀਂ, ਛੋਟੀ ਨਹੀਂ ਹੈ, ਪਰ ਮੈਂ ਬਹੁਤ ਇਸ ਉਮਰ ਦੇ ਵਿੱਚ ਇਹ ਕੰਮ ਕਰਨਾ, ਤੁਹਾਡੇ ਦੇ ਵਾਹਿਗੁਰੂ ਦਾ ਬਹੁਤ ਵੱਡਾ ਹੈ, ਤੁਹਾਡਾ ਅਸ਼ੀਰਵਾਦ। ਕਿਸੇ ਹੱਥ ਰਵੇ ਤੁਹਾਡਾ ਬੇਟੇ, ਅਸੀਂ ਤੁਹਾਡੇ ਨਾਲ। ਅਰੇ ਨਹੀਂ, ਮੈਨੂੰ ਬੜਾ, ਜਿਸ ਤਰ੍ਹਾਂ ਵੀ ਤੁਹਾਨੂੰ ਮੇਰੀ ਮਦਦ ਦੀ ਲੋੜ ਹੋਏਗੀ, ਤੁਸੀਂ ਮੇਰੇ ਘਰ ਦਾ ਐਡਰੈਸ ਮੈਂ ਨੋਟ ਕਰਵਾ ਦਿੱਤਾ, ਟੈਲੀਫੋਨ ਨੰਬਰ ਨੋਟ ਕਰਵਾ ਦਿੱਤਾ, ਕਦੇ ਵੀ ਅੱਧੀ ਰਾਤ ਨੂੰ ਬੂਹਾ ਖੜਕਾ ਦਿਓ, ਮੈਂ ਤੁਹਾਡੇ ਨਾਲ। ਇਹ ਬਹੁਤ ਵੱਡੀ ਗੱਲ ਹੈ ਮੇਰੇ, ਆ ਦੇਖੋ ਲੂ ਘੰਟੇ ਵੀ ਖੜੇ ਆ ਬੇਟੇ, ਤੁਸੀਂ ਮੇਰੇ ਬੱਚੇ ਦੀ ਤਰ੍ਹਾਂ, ਮੇਰਾ ਬੇਟਾ ਤੁਹਾਡੀ ਏਜ ਦਾ ਹੈ, ਠੀਕ ਹੈ, ਅੱਜ ਉਹ ਆਪਣਾ ਹੈਲਥ ਇੱਕ ਸਟਰਗਲ ਕਰ ਰਿਹਾ, ਜੀ ਜੀ ਜੀ, ਪਰ ਉਹ ਆਪਣੇ ਹਿੱਸੇ ਦਾ ਸਟਰਗਲ ਕਰ ਲਿਆ, ਮੈਂ ਆਪਣੇ ਹਿੱਸੇ ਦਾ ਕਰ ਚੁੱਕੀ ਹਾਂ। ਆਂਟੀ ਜੀ ਸਾਰੇ ਹੀ ਇਦਾਂ ਸੋਚਣ, ਜਿਵੇਂ ਹੁਣ ਸਾਡੇ ਕੋਲ ਇੱਥੇ ਮਾਂ ਬਾਪ ਆਉਂਦੇ ਨੇ ਜਿਨ੍ਹਾਂ ਇਹਨਾਂ ਦੇ ਬੱਚੇ ਨੇ, ਵੱਡੇ ਹੋ ਕੇ ਬੱਚੇ ਨਹੀਂ ਪੁੱਛਦੇ, ਇਹਨਾਂ ਦੇ ਇੱਕ ਬੇਟਾ ਸੀ ਉਹ ਨਹੀਂ ਪੁੱਛਦਾ, ਇਹ ਆਪਣੀ ਕੁੜੀ ਦੇ ਬੱਚੇ ਸਾਂਭੀ ਫਿਰਦੇ ਨੇ। ਲੋਕ ਕਿਉਂ ਨਹੀਂ, ਜਵਾਨੀ ਜੀ ਕਿਉਂ ਨਹੀਂ ਸਮਝ ਪਾਉਂਦੇ? ਗਲਤ ਹੈ, ਮੈਂ ਚਲੋ ਵਾਹਿਗੁਰੂ ਦੀ ਕਿਰਪਾ, ਅੱਜ ਮੇਰੀ ਬੇਟੀ ਕੈਨੇਡਾ 'ਚ ਸੈਟਲ ਹੈ, ਬੇਟਾ ਆਪਣਾ ਕਮਾ ਕੇ ਖਾ ਰਿਹਾ ਹੈ, ਬੜੀ ਕਿਰਪਾ ਹੈ ਦਾਤੇ ਦੀ, ਪਰ ਚਲੋ ਫਿਰ ਵੀ ਇਨਸਾਨ, ਲੋਕ ਝਟਕਾ ਲੱਗਣ ਤੋਂ ਬਾਅਦ ਕਿਉਂ ਸਮਝਦੇ ਨੇ? ਪਹਿਲਾਂ ਜਿੱਦਾਂ ਮੇਰੀ ਜ਼ਿੰਦਗੀ 'ਚ ਕੋਈ ਇੰਸੀਡੈਂਟ ਨਹੀਂ ਹੋਇਆ ਇੱਦਾਂ ਦਾ ਜਿਹਦੇ ਨਾਲ ਮੈਂ ਸੇਵਾ ਨਾਲ ਜੁੜ ਗਿਆ, ਮੈਨੂੰ ਲੋਕਾਂ ਦੇ ਇੰਸੀਡੈਂਟ ਦੇਖ ਦੇਖ ਕੇ ਲੱਗਿਆ ਕਿ ਯਾਰ ਇੰਨੇ ਦੁੱਖ ਨੇ, ਪਰ ਮੈਂ ਬਹੁਤ ਲੇਟ ਆ ਇਸ ਵਿੱਚ। ਅਰੇ ਨਹੀਂ, ਮੈਨੂੰ ਲੇਟ ਆਈ ਆਪਣੇ ਹਸਬੰਡ ਦੀ ਡੈਥ ਤੋਂ ਬਾਅਦ ਸਮਝ ਆਈ ਹੈ, ਸੋ ਮੈਂ ਕਹਿੰਦੀ ਵਾਹਿਗੁਰੂ ਸਭ ਨੂੰ ਟਾਈਮ ਰਹਿੰਦੇ ਸਮਝ ਦੇ ਦੇ ਤਾਂ ਜ਼ਿਆਦਾ। ਇਹ ਸਮਝ ਆਂਟੀ ਕਿ ਵਾਕਈ ਜ਼ਿੰਦਗੀ ਦਾ ਅਸਲ ਨਾਮ ਸੇਵਾ ਹੀ ਹੈ, ਸੇਵਾ ਬਹੁਤ, ਇਹੀ ਕਰੋ ਜਿੰਨੀ ਕਰ ਸਕਦੇ ਹੋ ਕਿਸੇ ਦੀ। ਬਿਲਕੁਲ, ਜੋ ਤੁਸੀਂ ਸੇਵਾ ਕਰ ਰਹੇ ਉਹ ਗੁਰਦੁਆਰੇ 'ਚ ਦਾਨ ਕਰਕੇ ਸੇਵਾ ਨਹੀਂ ਲੱਗਦੀ, ਜਿਹੜੀ ਤੁਸੀਂ ਸੇਵਾ ਕਰ ਰਹੇ ਉਹ ਬਹੁਤ ਉੱਤਮ ਸੇਵਾ। ਤੁਹਾਡਾ ਅਸ਼ੀਰਵਾਦ ਹੈ ਜੀ। ਔਰ ਮੈਂ ਇਹ ਵੀਡੀਓ ਬਣਾਉਣ ਦਾ ਵੀ ਮੇਰਾ ਮਕਸਦ ਸੀਗਾ ਕਿ ਦੇਖੋ ਕਿੱਦਾਂ ਕਿੱਦਾਂ ਦੇ ਲੋਕ ਨੇ ਦੁਨੀਆ ਦੇ ਵਿੱਚ, ਜੇ ਗੁਰੂ ਸਾਹਿਬ ਨੂੰ ਅਸੀਂ ਹਮੇਸ਼ਾ ਕਹਿੰਦੇ ਕਿ ਦੁੱਖ ਬੋਲਦੇ ਨੇ ਤਾਂ ਤੁਸੀਂ ਦੇਖੋ ਕਿ ਰੱਬ ਦੇ ਬੱਚੇ ਵੀ ਬਹੁਤ ਨੇ ਸਾਡੇ ਕੋਲ ਇੱਥੇ। ਤੁਸੀਂ ਦੇਖੋ ਪਰਿਵਾਰ ਸੇਵਾ ਕਰਨ ਵੀ ਆਏ ਹੋਏ ਨੇ ਪੇਸ਼ੈਂਟਾਂ ਦੀ, ਪੇਸ਼ੈਂਟ ਬਹੁਤ ਦੁਖੀ ਨੇ ਔਰ ਇਹ ਦੁੱਖ ਤੁਸੀਂ ਬੈਠੇ ਹੋ, ਮਾਤਾ ਜੀ ਸੁਣ ਹੀ ਰਹੇ ਸੀ ਕਿ ਪੇਸ਼ੈਂਟ ਦਾ ਦੁੱਖ ਕਿੰਨਾ। ਮੈਂ 1500 ਰੁਪਈਆ ਮੈਨੂੰ ਵਿਧਵਾ ਪੈਨਸ਼ਨ ਮਿਲਦੀ ਹੈ ਜੀ, ਮੈਂ ਅੱਜ ਅਨਮੋਲ ਨੂੰ ਮੈਂ ਕਹਾਂਗੀ ਉਹ 1500 ਰੁਪਏ ਜਦੋਂ ਮੇਰੇ ਅਕਾਊਂਟ 'ਚ ਆਏਗਾ ਮੈਂ ਤੁਹਾਨੂੰ ਇੱਥੇ ਡੋਨੇਟ ਕਰੂੰਗੀ, ਕਿ ਮੈਂ ਅੱਜ ਉਸ ਵਿੱਚੋਂ ਮੇਰੇ ਕੋਲ ਸਿਰਫ 1000 ਰੁਪਏ। ਅਰੇ ਨਹੀਂ ਨਹੀਂ, ਤੁਸੀਂ ਅਸ਼ੀਰਵਾਦ ਦਿਓ ਜੀ।
कुछ नहीं होना साढ़े को साढ़े तो सारे की लड़ है प्लीज़ और माता जी की तंदुरुस्ती लिए अरदास करो और जे फॉर्म बारे किसी नॉलेज हो कि बॉडी डोनेट कर सकते हैं आप सारी सरकारी पद्धर से की इनफॉर्मेशन है क्योंकि मैं थोड़ी जी गूगल तो क्ढन की कोशिश की है मैंने पूरी इनफॉर्मेशन नहीं मिल पाई पर फिर भी जो किसी इस चीज़ बारे अवेयरनैस हो पता हो प्लीज़ मेरे नंबर से संपर्क करो और मैं लगता है कि आंटी जी के नाल बहुत लोग अगे आएंगे इस चीज़ के मैं अपनी बीबिया भैनों सब ने अपील कर दिया कि सारे इन्ना दान कर दे इन्ना दान कर दे प्लीज़ अपने ऑर्गन जरूर दान करो किसी काम आ इस तो वड्डा कोई दान नहीं कोई दान। ते क्योंकि आप कहने कि कहने नु तो आप सारे कहने कि मेरा मुझमें कुछ नहीं जो कुछ है सब तेरा तेरा तुझको सौंप के क्या लागे है मेरा ये अमल भी करो अमल। जे परमात्मा दा सब कुछ फिर उन्होंने सौंपो ना तुझे तो पैसे नु भी जफा पाई फिर रहे हो शरीर नु भी जफा पाई फिर शरीर तो किराए का मिट्टी हो जाना तो क्यों ना जाते जाते शरीर भी किसी दे जाओ शायद किसी का घर का रेंदे दुनिया तक तुम दुआवा दे बहुत खुशी हुई माता जी तुम मिलकर परमात्मा तुम तंदुरुस्ती दे खुश रहो बहुत बहुत धन्यवाद थैंक यू जी।